ਬਦਬਖਤ ਕਹਿੰਦੇ ਨੇ ਕਮਲੀ ਵਾਲਾ ਸਾਡੇ ਜਿਹਾ ਭਰਾਵਾਂ ਜਿਹਾ ਅੱਲਾ ਮਾਫੀ ਦੇ ਇੰਡੀਅਨ ਦੀ ਕਿਤਾਬਾਂ 'ਚ ਲਫ਼ਜ਼ ਆਏ ਇੱਕ ਬਦਬਖਤ ਨਾਂ ਨਹੀਂ ਲੈਣਾ ਇੰਤਸ਼ਾਰ ਫੈਲਦਾ ਉਹਦੀ ਕਿਤਾਬ 'ਚ ਮੈਂ ਪੜ੍ਹਿਆ ਕਿ ਲਿਖਿਆ ਕਿ ਨਬੀ ਗੁਨਾਹਗਾਰ ਵੀ ਹੋ ਸਕਦਾ ਹੈ ਮਾਜ਼ਲ ਅਸਤਗਫਿਰ ਨਬੀ ਗੁਨਾਹਗਾਰ ਵੀ ਹੋ ਸਕਦਾ ਹੈ ਬਦਬਖਤੀਆਂ ਨਾਲ ਲੋਕਾਂ ਦੀ ਯਹੂਦੀਆਂ ਨੇ ਨਾ ਇੱਕ ਪ੍ਰੋਗਰਾਮ ਬਣਾਇਆ ਉਹਨਾਂ ਨੇ ਕੁਝ ਨੌਜਵਾਨ ਤਿਆਰ ਕੀਤੇ ਤੇ ਕਾਫੀ ਦੇਰ ਦੀ ਗੱਲ ਹੈ ਅਰਸਾ 200-300 ਸਾਲ ਤੋਂ ਵਾਕਿਆ ਚੱਲਦਾ ਆ ਰਿਹਾ ਜਿਹੜੇ ਲੋਕ ਦੀਨ ਦੀ ਤਾਲੀਮ ਹਾਸਲ ਕਰਦੇ ਸਨ ਇਸਲਾਮ ਦੀ ਫਿਰ ਬਾਅਦ 'ਚ ਇਸਲਾਮ ਨੂੰ ਬਦਨਾਮ ਕਰਦੇ ਸਨ ਐਸੇ ਲੋਕ ਨੂੰ ਕਹਿੰਦੇ ਨੇ ਮੁਸਤਸ਼ਰੀਕ ਕੀ ਕਹਿੰਦੇ ਨੇ ਬੋਲੋ ਮੁਸਤਸ਼ਰੀਕ ਯਾਨੀ ਉਹ ਲੋਕ ਜਿਹੜੇ ਮੁਸਲਮਾਨ ਤਾਂ ਨਹੀਂ ਹੁੰਦੇ ਪਰ ਇਸਲਾਮ ਦੇ ਮਦਰਸਿਆਂ 'ਚ ਪੜ੍ਹ ਕੇ ਦੀਨ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਨੇ ਅੱਜ ਵੀ ਸਵਾਤਨ ਸਾਈਡ 'ਤੇ ਇਹਦੇ ਬੰਦੇ ਫੜੀ ਜਾਂਦੇ ਨੇ ਪਏ ਅੱਜ ਕੱਲ੍ਹ ਫੜੀ ਜਾ ਰਹੇ ਨੇ ਕਈ ਕਿਸੁੰਦਾ ਨਹੀਂ ਕੀਤੀਆਂ ਮਸਜਿਦਾਂ 'ਚ ਇਮਾਮ ਲੱਗੇ ਹੋਏ ਨੇ ਇਹਦੇ ਬਦਬਖਤ ਮੁਸਤਸ਼ਰੀਕ ਜਿਹੜੇ ਦੀਨ ਨੂੰ ਬਦਨਾਮ ਕਰਦੇ ਨੇ ਲੋਕਾਂ ਦਾ ਜ਼ਿਹਨ ਖਰਾਬ ਕਰਦੇ ਨੇ ਉਹਨਾਂ ਨੇ ਕੀ ਕੀਤਾ ਫੈਸਲਾ ਕੀਤਾ ਕਿ ਸਾਰੀਆਂ ਕਿਤਾਬਾਂ ਨੂੰ ਪੜ੍ਹਨਾ ਤੇ ਦੋਸਤੋ ਬਿਲਕੁਲ ਯਾਦ ਰੱਖੋ ਕਿ ਅਸਮਾਨ ਤੋਂ 4 ਕਿਤਾਬਾਂ ਨਾਜ਼ਲ ਹੋਈਆਂ ਜਿਹਦੀ ਕੁਰਾਨ ਤਸਦੀਕ ਕਰਦਾ ਤੁਰਾਤ ਜ਼ਬੂਰ ਅੰਜੀਲ ਤੇ ਕੁਰਾਨ ਪਾਕ ਤੇ ਕੁਝ ਕਿਤਾਬਾਂ ਐਸੀਆਂ ਨੇ ਜਿਨ੍ਹਾਂ ਦੀ ਕੁਰਾਨ ਤੇ ਤਸਦੀਕ ਨਹੀਂ ਕਰਦਾ ਪਰ ਉਹਨਾਂ ਨੂੰ ਜਿਹੜੇ ਲੋਕ ਪੜ੍ਹਦੇ ਨੇ ਨਾ ਉਹ ਕਹਿੰਦੇ ਨੇ ਕਿ ਨਹੀਂ ਇਹ ਵੀ ਅਸਮਾਨੀ ਕਿਤਾਬ ਹੈ ਮਸਲਨ ਰਾਗਵੇਦ ਯਜਰਵੇਦ ਅਥਰਵੇਦ ਸਾਮਵੇਦ ਗੀਤਾ ਅਰੋਸਤਾ ਇਹ ਉਹ ਕਿਤਾਬਾਂ ਨੇ ਕਿ ਜਿਹੜੇ ਲੋਕ ਇਹਨਾਂ ਨੂੰ ਪੜ੍ਹਦੇ ਨੇ ਨਾ ਉਹਨਾਂ ਦਾ ਕੀਤਾ ਕਿ ਨਹੀਂ ਇਹ ਵੀ ਅਸਮਾਨਾਂ ਤੋਂ ਆਈਆਂ ਨੇ ਤਾਂ ਜਿਸ ਤਰ੍ਹਾਂ ਮੁਸਤਸ਼ਰੀਕ ਬੈਠੇ ਸਿਰ ਜੋੜ ਕੇ ਬੈਠੇ ਉਹਨਾਂ ਨੇ ਕੀ ਕੀਤਾ ਤੁਰਾਤ ਵੀ ਪੜ੍ਹੀ ਜ਼ਬੂਰ ਵੀ ਪੜ੍ਹੀ ਅੰਜੀਲ ਵੀ ਪੜ੍ਹੀ ਰਾਗਵੇਦ ਵੀ ਪੜ੍ਹੀ ਯਜਰਵੇਦ ਵੀ ਪੜ੍ਹੀ ਅਥਰਵੇਦ ਵੀ ਪੜ੍ਹੀ ਸਾਮਵੇਦ ਵੀ ਪੜ੍ਹੀ ਗੀਤਾ ਵੀ ਪੜ੍ਹੀ ਅਵਿਸ਼ਵਾ ਵੀ ਪੜ੍ਹੀ ਤੇ ਕੁਰਾਨ ਪਾਕ ਬਾਅਦ 'ਚ ਪੜ੍ਹਿਆ ਤੇ ਉਹਨਾਂ ਨੇ ਸਿਰ ਜੋੜ ਕੇ ਯਾਰ ਇੱਕੋ ਗੱਲ ਕੀਤੀ ਕਿ ਨਹੀਂ ਯਾਰ ਜਿੰਜ ਦਾ ਕੁਰਾਨ ਐਂ ਦੀ ਕੋਈ ਨਹੀਂ ਲਬੈਕ ਯਾ ਰਸੂਲ ਅੱਲਾਹ ਲਬੈਕ ਲਬੈਕ ਯਾ ਰਸੂਲ ਅੱਲਾਹ